ਜ਼ਿਲ੍ਹਾ ਸੰਗਰੂਰ ਦੇ ਕਸਬਾ ਸੁੱਲਰ ਘਰਾੜ ਦੇ ਵਿਚ ਸਿਹਤ ਵਿਭਾਗ ਨੇ ਦੇੜਵਾ ਪੁਲਿਸ ਦੇ ਸਹਿਯੋਗ ਦੇ ਨਾਲ ਦੋ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕੀਤੀ ਹੈ, ਜਿਸ ਦੇ ਵਿਚ ਇਕ ਮੈਡੀਕਲ ਸਟੋਰ ਤੋਂ ਨਸ਼ੇ ਦੇ ਲਈ ਵਰਤੀ ਜਾਣ ਵਾਲੀ 8 ਪ੍ਰਕਾਰ ਦੀਆਂ ਦਵਾਈਆਂ ਨੂੰ ਫੜ ਕੇ ਸਿਹਤ ਵਿਭਾਗ ਨੇ ਪੁਲਿਸ ਦੀ ਹਾਜ਼ਰੀ ਦੇ ਵਿਚ ਜ਼ਬਤ ਕੀਤੀ ਹੈ ਅਤੇ ਮੈਡੀਕਲ ਸਟੋਰ ਦੇ ਮਾਲਕ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਰੱਗ ਇੰਸਪੈਕਟਰ ਰੋਹਿਤ ਕਲਰ, ਪਵਨ ਮੈਡੀਕਲ ਸੁੱਲਰ ਘਰਾੜ ਤੋਂ 8 ਤਰ੍ਹਾਂ ਦੀਆਂ ਦਵਾਈਆਂ ਫੜੀਆਂ ਗਈਆਂ ਪੁਲਿਸ ਦੇ ਸਹਿਯੋਗ ਦੇ ਨਾਲ। ਸਪੈਸ਼ਲ ਚੈਕਿੰਗ ਸੀਗੀ, ਜਿਹੜਾ ਵੀ ਗਲਤ ਕੰਮ ਕਰਦਾ ਪਾਇਆ ਜਾਏਗਾ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਪ੍ਰਤੀਬੰਧਿਤ ਨੇ ਕਿਸ ਤਰ੍ਹਾਂ ਦੇ, ਤੁਸੀਂ ਸਮਝਦੇ ਹੋ ਦਵਾਈਆਂ? ਇਹ ਨਸ਼ੇ ਵਜੋਂ ਯੂਜ ਕੀਤੀਆਂ ਜਾਂਦੀਆਂ। ਅਗਲੀ ਕਾਰਵਾਈ ਕੀ ਹੋਊਗੀ? ਅਗਲੀ ਕਾਰਵਾਈ, ਇਹਨਾਂ ਨੂੰ ਨੋਟਿਸ ਆਏਗਾ ਜੀ, ਇਹਨਾਂ ਨੂੰ ਡਰੱਗ ਐਂਡ ਕੋਸਮੈਟਿਕ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ, ਪੈਰੇਦਾ ਟੀਵੀ।